ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਜੀ ਅਤੇ ਅੱਜ ਵੀ ਆਪਾਂ ਜਾਣਾਂਗੇ ਪੰਨੂ ਸਾਹਿਬ ਕੋਲੋਂ ਕਿ ਕੀ ਵਾਪਰ ਹੈ ਦੇਸ਼ ਦੁਨੀਆ 'ਚ ਅਤੇ ਕੀ ਹੈ ਉਹਨਾਂ ਖਬਰਾਂ ਦੇ ਪਿਛਲੇ ਹਾਲਾਤ। ਸਭ ਤੋਂ ਪਹਿਲਾਂ ਆਪਾਂ ਦਾ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ। ਸ਼ੁਕਰੀਆ ਪੰਨੂ ਸਾਹਿਬ। ਸਭ ਤੋਂ ਪਹਿਲਾਂ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਕਿ ਅੱਜ ਕੱਲ੍ਹ ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਨੇ ਜਾਂ ਖਬਰਾਂ ਦੇ ਵਿੱਚ ਨੇ ਕਹਿ ਲਓ, ਅਤੇ ਆਹ ਹੁਣ ਸੁਣੀ ਹੈ ਗੱਲ ਕਿ ਮਾਨਸਾ ਦੇ ਜਿਹੜੇ ਜੇਲ੍ਹ ਸੁਪਰਡੈਂਟ ਸਾਹਿਬ ਨੇ ਉਹਨਾਂ ਦੇ ਉੱਪਰ ਕੋਈ ਕੇਸ ਦੀ ਗੱਲ ਹੋਈ ਹੈ, ਇਸ ਤੋਂ ਇਲਾਵਾ 14 ਕੋਈ ਹੋਰ ਅਫਸਰ ਜੇਲ੍ਹਾਂ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਉੱਪਰ ਪਰਚੇ ਦਰਜ ਕਰਨ ਦੀ ਗੱਲ ਚੱਲੀ ਹੈ। ਇਹ ਇੱਕੋ ਹੀ ਕੇਸ ਆ ਜਾਂ ਦੋ ਅਲੱਗ ਅਲੱਗ ਕੇਸ ਨੇ ਜਾਂ ਕੋਈ ਹੋਰ ਕਹਾਣੀ ਇਹਦੇ ਪਿੱਛੇ, ਇਹ ਜ਼ਰਾ ਸਮਝਾਓ। ਨਹੀਂ ਗੁਰਪ੍ਰੀਤ ਜੀ, ਅੱਜ ਕੱਲ੍ਹ ਜੇਲ੍ਹਾਂ ਦੇ ਕਾਫੀ ਕੇਸ ਆ ਰਹੇ ਜੀ। ਕੁਝ ਕੇਸ ਤਾਂ ਉਹ ਆ ਜਿਹੜਾ ਨਵਾਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਇਆ ਅਤੇ ਇਹਨੇ ਛਾਪੇ ਮਰਵਾਏ ਜੀ, ਅੰਦਰੋਂ ਮਾਲ ਵੀ ਫੜਿਆ ਗਿਆ, ਬੰਦੇ ਵੀ ਫੜੇ ਗਏ, ਜੋ ਕੁਛ ਉਹ ਨਵੇਂ ਕੇਸ ਨੇ। ਆਹ ਜਿਹੜੀਆਂ ਦੋ ਗੱਲਾਂ ਤੁਸੀਂ ਕੀਤੀਆਂ ਜੀ, ਇਹ ਦੋਵੇਂ ਕੇਸ ਪਹਿਲਾਂ ਦੇ ਆ ਜੀ। ਇਹਨਾਂ 'ਚੋਂ ਇੱਕ ਕੇਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਦਾ ਅਤੇ ਆ ਦੋ ਤਿੰਨ ਮਹੀਨੇ ਪਹਿਲਾਂ ਦਾ ਜੀ। ਇੱਕ ਕੇਸ ਅਕਾਲੀ ਭਾਜਪਾ ਸਰਕਾਰ ਵੇਲੇ ਦਾ ਅਤੇ ਬਹੁਤ ਪੁਰਾਣਾ। ਅੱਛਾ ਜੀ। ਖੁੱਲ੍ਹਾ ਹੁਣ ਆ ਗਿਆ ਜਿਹੜਾ ਕੇਸ ਆ ਦੋ ਤਿੰਨ ਮਹੀਨੇ ਪਹਿਲਾਂ ਦਾ, ਉਹ ਇਹ ਆ ਕਿ ਬਠਿੰਡੇ ਦੀ ਵਿਜੀਲੈਂਸ ਨੇ ਇੱਕ ਦਿਨ ਮਾਨਸੇ ਦੀ ਜੇਲ੍ਹ 'ਤੇ ਜਾ ਕੇ ਛਾਪਾ ਮਾਰਿਆ ਜੀ। ਕੇਸ ਇਹ ਸੀਗਾ ਕਿ ਹਰਿਆਣੇ ਦੇ ਵਿੱਚੋਂ ਇੱਕ ਮੁੰਡੇ ਨੇ ਆ ਕੇ ਬਠਿੰਡੇ ਦੇ ਵਿਜੀਲੈਂਸ ਵਾਲਿਆਂ ਨੂੰ ਆਖਿਆ ਜੀ ਮੈਂ ਤਾਂ ਤੰਗ ਆ ਗਿਆ, ਭਰਾ ਜੇਲ੍ਹ ਵਿੱਚ ਹੈ, ਉਹਨੂੰ ਸੁਪਰਡੈਂਟ ਅਤੇ ਉਹਦੇ ਬੰਦੇ ਅੰਦਰ ਕੁੱਟਦੇ ਆ ਕਿਉਂਕਿ ਉਹਨਾਂ ਨੂੰ ਪਤਾ ਸਾਡੇ ਘਰ 'ਚ ਪੈਸੇ ਬੜੇ ਆ। ਅੱਛਾ ਜੀ। ਜਦੋਂ ਕੁੱਟਦੇ ਆ ਫਿਰ ਉੱਥੋਂ ਫੋਨ ਕਰਾਉਂਦੇ ਆ ਕਿ ਜਾਂ ਤਾਂ ਇੰਨੇ ਪੈਸੇ ਦੇ ਕੇ ਜਾਓ, ਨਹੀਂ ਤਾਂ ਤੁਹਾਡੇ ਮੁੰਡੇ ਨੂੰ ਜੇਲ੍ਹ 'ਚ ਹੋਰ ਕੁੱਟਾਂਗੇ। ਅੱਛਾ ਜੀ। ਕਹਿੰਦਾ ਮੈਂ ਜਦੋਂ ਆਉਣਾ ਉਹ ਰੋਂਦਾ, ਫਿਰ ਮੈਨੂੰ ਦੱਸਦਾ ਇੰਨੇ ਪੈਸੇ ਦੇ ਦਿਓ ਜਾਂ ਫੋਨ 'ਤੇ ਦੱਸ ਦਿੰਦਾ, ਮੈਂ ਇੱਥੋਂ ਆ ਕੇ ਫੋਨ ਕਰਦਾ। ਇਹ ਜੇਲ੍ਹ ਦੇ ਅੰਦਰੋਂ ਵੈਲਫੇਅਰ ਅਫਸਰ ਨੂੰ ਬਾਹਰ ਭੇਜਦੇ ਆ ਅਤੇ ਨਾਲ ਇੱਕ ਕੈਦੀ ਆ ਪਵਨ, ਉਹਨੂੰ ਭੇਜਦੇ ਆ, ਦੋਵੇਂ ਜਣੇ ਆ ਕੇ ਮੇਰੇ ਤੋਂ ਪੈਸੇ ਲੈ ਜਾਂਦੇ ਆ ਅਤੇ ਅੰਦਰੋਂ ਜਾ ਕੇ ਮੁੰਡੇ ਤੋਂ ਫੋਨ ਕਰਵਾ ਦਿੰਦੇ ਆ ਕਿ ਹੁਣ ਸਭ ਠੀਕ ਠਾਕ ਹੈ, ਹੁਣ ਕੋਈ ਗੱਲ ਨਹੀਂ। ਵਿਜੀਲੈਂਸ ਵਾਲਾ ਕੇਸ ਦਰਜ ਕਰ ਲਿਆ, ਉੱਥੇ ਚਲੇ ਗਏ, ਉੱਥੇ ਜਾ ਕੇ ਉੱਥੋਂ ਫੋਨ ਕਰਵਾਇਆ ਜੇਲ੍ਹ ਦੇ ਸੁਪਰਡੈਂਟ ਨੂੰ ਜੀ ਕਿ ਮੈਂ ਆ ਗਿਆ ਜੀ, ਬੰਦਾ ਭੇਜੋ। ਸੁਪਰਡੈਂਟ ਦੇ ਕਹਿਣ 'ਤੇ ਜੇਲ੍ਹ ਦਾ ਗੇਟ ਖੁੱਲ੍ਹਿਆ, ਵੈਲਫੇਅਰ ਅਫਸਰ ਬਾਹਰ ਆਇਆ, ਨਾਲ ਕੈਦੀ ਪਵਨ ਆਇਆ, ਉਹਨੇ ਹਰਿਆਣੇ ਵਾਲੇ ਮੁੰਡੇ ਨੇ ਪੈਸੇ ਫੜਾਏ ਅਤੇ ਉਹਨੇ ਆਖਿਆ ਜਾ ਤੇਰਾ ਕੰਮ ਹੋਜੂ। ਜਦੋਂ ਪਿੱਛੇ ਮੁੜਨ ਲੱਗੇ ਤਾਂ ਵਿਜੀਲੈਂਸ ਵਾਲਿਆਂ ਨੇ ਫੜ ਲਿਆ ਜੀ। ਉਹਨਾਂ ਨੇ ਜੇਲ੍ਹ ਦੇ ਦਰਬਾਰ ਨੂੰ ਪੁੱਛਿਆ ਵੀ ਤੂੰ ਗੇਟ ਕਿੱਦਾਂ ਖੋਲ੍ਹਤਾ, ਕਹਿੰਦੇ ਸੁਪਰਡੈਂਟ ਸਾਹਿਬ ਦਾ ਹੁਕਮ ਹੈ। ਸੁਪਰਡੈਂਟ ਇਸ ਰੌਲੇ 'ਚ ਭੱਜ ਗਿਆ। ਅੱਛਾ ਜੀ। ਹੋਰ ਬੰਦੇ ਫੜੇ ਗਏ। ਉਹਦੇ ਬਾਅਦ ਸੁਪਰਡੈਂਟ ਨੇ ਹੇਠਲੀ ਅਦਾਲਤ ਵਿੱਚ ਆਪਣੀ ਜਮਾਨਤ ਦੀ ਅਰਜ਼ੀ ਲਈ, ਨਹੀਂ ਗੱਲ ਬਣੀ, ਸੈਸ਼ਨ 'ਚ ਲਈ ਨਹੀਂ ਬਣੀ, ਹਾਈ ਕੋਰਟ 'ਚ ਲਈ ਨਹੀਂ ਬਣੀ, ਸੁਪਰੀਮ ਕੋਰਟ 'ਚ ਗਿਆ ਨਹੀਂ ਬਣੀ ਜੀ। ਹੁਣ ਉਹਨੂੰ ਸਰੈਂਡਰ ਕਰਨਾ ਪਿਆ। ਅੱਛਾ ਜੀ। ਇਹਦੇ ਤੋਂ ਸਾਬਤ ਹੋ ਗਿਆ ਕਿ ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਕੁੱਟ ਕੁੱਟ ਕੇ ਉਹਨਾਂ ਦੇ ਘਰਾਂ ਤੋਂ ਪੈਸੇ ਮੰਗਵਾਏ ਜਾ ਰਹੇ ਆ, ਔਰ ਕਈ ਵਾਰੀ ਪੈਸੇ ਇਹ ਦੱਸਦੇ ਆ ਕਿ ਫਲਾਣੇ ਦੇ ਅਕਾਊਂਟ 'ਚ ਜਮ੍ਹਾਂ ਕਰਾ ਦਿਓ। ਅੱਛਾ ਜੀ। ਇਹ ਵੀ ਕੰਮ ਚੱਲਦਾ। ਦੂਜਾ ਕੇਸ ਇਹਦੇ ਨਾਲੋਂ ਵੱਧ ਖਤਰਨਾਕ ਆ ਅਤੇ ਉਹਦਾ ਖੁਰਾ ਪੰਜਾਬ ਦੀ ਪੁਲਿਸ ਨੇ ਨਹੀਂ ਲੱਭਿਆ ਜੀ। ਕੇਸ ਉਹ ਅਕਾਲੀ ਭਾਜਪਾ ਸਰਕਾਰ ਵੇਲੇ ਦਾ, ਕਾਰਵਾਈ ਹੁਣ ਹੋਣ ਲੱਗੀ ਆ। ਹੋਇਆ ਇਹ ਕਿ ਦੋ ਤਿੰਨ ਸਾਲ ਪਹਿਲਾਂ ਉੱਥੇ ਜੋਧਪੁਰ ਦੀ ਜਿਹੜੀ ਅਦਾਲਤ ਹੈ ਰਾਜਸਥਾਨ 'ਚ ਜੀ, ਉਹਦੇ ਵਿੱਚ ਪੰਜ ਪਾਕਿਸਤਾਨੀ ਕੈਦੀ ਸੀ, ਉਹਨਾਂ ਦਾ ਕੇਸ ਲੱਗਾ। ਉਸ ਕੇਸ ਦੇ ਵਿੱਚ NIA ਜਿਹੜੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਉਹਨਾਂ ਨੇ ਕੇਸ ਪੇਸ਼ ਕੀਤਾ ਕਿ ਬੰਦੇ ਇੱਦਾਂ ਫੜੇ ਗਏ, ਅੱਤਵਾਦੀ ਸਨ, ਪਾਕਿਸਤਾਨ ਦੇ ਇਸ਼ਾਰੇ 'ਤੇ ਕੰਮ ਕਰਦੇ ਸਨ, ਜਦੋਂ ਜੇਲ੍ਹ ਵਿੱਚ ਚਲੇ ਗਏ ਅਤੇ ਜੇਲ੍ਹ ਵਿੱਚੋਂ ਵੀ ਫੋਨ ਕਰਕੇ ਪਹਿਲਾਂ ਪਾਕਿਸਤਾਨ ਵਿੱਚ ਆਪਣੇ ਆਕਾ ਜਿਹੜੇ ਉਹਨਾਂ ਤੋਂ ਹਦਾਇਤਾਂ ਲੈਂਦੇ ਸਨ ਅਤੇ ਫਿਰ ਬਾਹਰਲਿਆਂ ਨੂੰ ਹਦਾਇਤਾਂ ਦੇ ਕੇ ਅਤੇ ਵਾਰਦਾਤਾਂ ਕਰਾਉਂਦੇ ਸਨ। ਅੱਛਾ ਜੀ। ਇਹ ਕੰਮ ਉਹਨਾਂ ਨੇ ਕੀਤਾ ਕਦੋਂ? 2011 ਤੋਂ ਲੈ ਕੇ 2013 ਦੇ ਦਰਮਿਆਨ। ਅਤੇ ਕੀਤਾ ਕਿੱਥੋਂ? ਨਾਭੇ ਦੀ ਹਾਈ ਸਿਕਿਉਰਿਟੀ ਜੇਲ੍ਹ, ਪਟਿਆਲੇ ਦੀ ਜੇਲ੍ਹ, ਅੰਮ੍ਰਿਤਸਰ ਦੀ ਜੇਲ੍ਹ, ਇਹਨਾਂ 'ਚੋਂ। ਅੱਛਾ ਜੀ। ਇਹਨਾਂ ਸਭ ਥਾਵਾਂ ਤੋਂ ਕੀਤਾ ਉਹਨਾਂ ਨੇ। 2011 ਤੋਂ 2013 ਦੇ ਦਰਮਿਆਨ ਪੰਜਾਬ ਦੇ ਸਰਕਾਰ 'ਤੇ ਅਕਾਲੀ ਭਾਜਪਾ ਦੀ ਹੁੰਦੀ ਸੀ, ਪਰ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ, ਕਿਸੇ ਮਹਿਕਮੇ ਨੂੰ ਪਤਾ ਨਹੀਂ ਲੱਗਾ। ਫਿਰ ਉਹਨਾਂ ਦਾ ਕੇਸ ਜਾ ਕੇ ਲੱਗਾ ਜੋਧਪੁਰ ਦੀ ਅਦਾਲਤ ਵਿੱਚ ਰਾਜਸਥਾਨ 'ਚ ਜੀ। ਉੱਥੇ ਇਹ ਗੱਲ ਸਾਬਤ ਹੋ ਗਈ ਅਤੇ ਉੱਥੋਂ ਦੀ ਅਦਾਲਤ ਨੇ ਲਿਖ ਕੇ ਭੇਜਿਆ ਆਪਣੀ ਉੱਥੋਂ ਦੀ ਸਰਕਾਰ ਨੂੰ ਵੀ, ਪੰਜਾਬ ਦੀ ਸਰਕਾਰ ਅਤੇ ਪੰਜਾਬ ਦੀ ਪੁਲਿਸ ਨੂੰ ਵੀ, ਕਿ ਆਹ ਤੁਹਾਡੇ ਫਲਾਣੇ ਫਲਾਣੇ ਬੰਦਿਆਂ ਦੇ ਨਾਂ
ਇਹਨਾਂ ਮੁਲਜ਼ਮਾਂ ਨੇ ਵੀ ਮੰਨੇ ਜੀ, ਗਵਾਹਾਂ ਨੇ ਵੀ ਦੱਸੇ ਆ, ਸਬੂਤ ਵੀ ਪੇਸ਼ ਹੁੰਦੇ ਆ ਕਿ ਇਹਨਾਂ ਨੂੰ ਪੈਸੇ ਦਿੱਤੇ ਗਏ ਅਤੇ ਇਹਨਾਂ ਅਫਸਰਾਂ ਦੇ ਰਾਹੀਂ ਪੈਸੇ ਦੇ ਕੇ ਪਾਕਿਸਤਾਨ ਵਿੱਚ ਵੀ ਫੋਨ ਹੁੰਦੇ ਰਹੇ ਅਤੇ ਇੱਥੇ ਵੀ ਬਾਹਰ ਫੋਨ ਕਰਕੇ ਵਾਰਦਾਤਾਂ ਕਰਵਾਈਆਂ ਜਾਂਦੀਆਂ ਰਹੀਆਂ। ਅੱਛਾ ਜੀ। ਉਹਨਾਂ 'ਚ ਉਦੋਂ ਇੱਕ ਸੁਪਰਡੈਂਟ ਜੇਲ੍ਹ ਹੁੰਦਾ ਸੀ, ਅੱਜ ਕੱਲ੍ਹ ਡੀ ਆਈ ਜੀ ਬਣ ਚੁੱਕਾ, ਉਹ ਅਕਾਲੀ ਭਾਜਪਾ ਸਰਕਾਰ ਵੇਲੇ ਡੀ ਆਈ ਜੀ ਪ੍ਰਮੋਟ ਹੋ ਗਿਆ ਸੀ ਜੀ। ਦੋ ਕੁ ਡੀ ਐੱਸ ਪੀ ਹੁੰਦੇ ਸੀ ਜਿਹੜੇ ਪ੍ਰਮੋਟ ਹੋ ਕੇ ਹੁਣ ਸੁਪਰਡੈਂਟ ਬਣ ਚੁੱਕੇ, ਤਿੰਨ ਦੇ ਬੰਦੇ ਉਹਨਾਂ ਦੇ ਰਿਟਾਇਰ ਹੋ ਗਏ ਸੀ, ਉਹਨਾਂ 'ਚੋਂ ਇੱਕ ਮਰ ਗਿਆ, ਦੋ ਜਿਉਂਦੇ ਆ। ਕੁਝ ਵਾਰਡਨ ਨੇ, ਅੱਡ ਅੱਡ ਰੈਂਕ ਦੇ 14 ਅਫਸਰ ਨੇ ਜੀ, ਜਿਹੜੇ ਉਸ ਪੰਜਾਬ ਦੀਆਂ ਜੇਲ੍ਹਾਂ ਨੂੰ ਚਲਾ ਰਹੇ ਸੀ, ਉਹਨਾਂ ਦੀ ਸੁਪਰਵਿਜ਼ਨ ਕਰ ਰਹੇ ਸੀ, ਜਿਹੜਾ ਪੰਜਾਬ ਨਾਜ਼ੁਕ ਸਟੇਟ ਗਿਣਿਆ ਜਾਂਦਾ, ਜਿਹਦੇ ਉੱਤੇ ਕਦੇ ਦੀਨਾਨਗਰ ਦੇ ਥਾਣੇ 'ਤੇ ਹਮਲਾ ਹੁੰਦਾ ਜੀ, ਜਿਹਦੇ ਅੰਦਰ ਕਦੇ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ 'ਤੇ ਹਮਲਾ ਹੁੰਦਾ, ਜਿਹੜਾ ਹਰ ਵਕਤ ਪਾਕਿਸਤਾਨ ਦੇ ਬਾਰਡਰ 'ਤੇ ਹੋਣ ਕਰਕੇ ਅਤੇ ਜੰਮੂ ਕਸ਼ਮੀਰ ਦੇ ਨੇੜੇ ਹੋਣ ਕਰਕੇ ਜੀ ਖਤਰੇ ਦੇ ਘੇਰੇ 'ਚ ਆ, ਉਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਬੰਧ ਜੇਲ੍ਹਾਂ ਦਾ ਚੱਲਦਾ ਰਿਹਾ। ਨਵੀਂ ਸਰਕਾਰ ਆਉਣ ਤੋਂ ਬਾਅਦ ਵੀ ਹੁਣ 15ਵਾਂ ਮਹੀਨਾ ਚੱਲ ਰਿਹਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ। ਪਿਛਲੇ ਸਮੇਂ 'ਚ ਫਿਰ ਜਦੋਂ ਰਿਪੋਰਟਾਂ ਆਈਆਂ ਨੇ, ਉਹਨਾਂ ਰਿਪੋਰਟਾਂ ਦੀ ਪੜਤਾਲ ਕਰਵਾਈ ਗਈ ਹੈ, ਪੜਤਾਲ ਕਰਵਾਉਣ ਤੋਂ ਬਾਅਦ ਜੇਲ੍ਹਾਂ ਦੇ ਅਡੀਸ਼ਨਲ ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸੋਹਤਾ ਦਾ ਬਿਆਨ ਆਇਆ ਕਿ ਇਹਨਾਂ ਅਧਿਕਾਰੀਆਂ ਦੇ ਖਿਲਾਫ਼ ਸਾਰਿਆਂ ਦੇ ਕਾਰਵਾਈ ਕਰਨ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ। ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ ਜੀ, ਵੱਡੇ ਵੱਡੇ ਨਾਂ ਨੇ ਉਹ ਸਾਰੇ ਜਿਹੜੇ ਆ ਉਹਨਾਂ ਦੇ ਖਿਲਾਫ਼। ਹੁਣ ਇਹ ਨਹੀਂ ਕਿ ਪੰਜਾਬ ਸਰਕਾਰ ਕਾਰਵਾਈ ਕਰਨ ਲੱਗੀ ਹੈ ਜੀ, ਇਹ ਹੈ ਕਿ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਪੈਣੀ ਆ, ਕਿਉਂਕਿ ਮਾਮਲਾ ਪੰਜਾਬ ਦਾ ਨਹੀਂ, ਰਾਜਸਥਾਨ ਤੋਂ ਉੱਠ ਗਿਆ, ਔਰ ਰਾਜਸਥਾਨ ਦੀ ਅਦਾਲਤ ਵਿੱਚ ਵੀ ਇੱਕ ਕੇਸ ਲੱਗਾ, ਉਹ ਕੇਸ ਵਿੱਚ ਸਿਰਫ ਦੋਸ਼ ਨਹੀਂ ਲੱਗੇ, ਦੋਸ਼ ਸਾਬਤ ਹੋਏ ਅਤੇ ਸਾਬਤ ਹੋਣ ਤੋਂ ਬਾਅਦ ਰਾਜਸਥਾਨ ਦੀ ਅਦਾਲਤ ਨੇ ਇਹ ਸਾਰਾ ਕੁਝ ਸਾਬਤ ਹੋਣ ਤੋਂ ਬਾਅਦ ਲਿਖ ਕੇ ਰਾਜਸਥਾਨ ਦੀ ਸਰਕਾਰ ਨੂੰ ਵੀ ਭੇਜਿਆ, ਇੱਥੋਂ ਦੀ ਸਰਕਾਰ ਨੂੰ ਵੀ ਭੇਜਿਆ, ਇੱਥੋਂ ਦੀ ਪੁਲਿਸ ਨੂੰ ਵੀ ਭੇਜਿਆ, ਅਤੇ ਰਿਪੋਰਟਾਂ ਕੇਂਦਰ ਤੱਕ ਵੀ ਜਾ ਚੁੱਕੀਆਂ। ਹੁਣ ਜਿਹੜਾ ਮਰ ਗਿਆ ਸੋ ਮਰ ਗਿਆ, ਜਿਹੜੇ ਦੋ ਸਾਬਕਾ ਉਹ ਤਾਂ ਪਤਾ ਨਹੀਂ ਕਿੱਥੇ ਫਿਰਦੇ ਹੋਣਗੇ, ਪਰ ਜਿਹੜੇ ਜੇਲ੍ਹਾਂ 'ਤੇ ਡਿਊਟੀ ਦੇ ਰਹੇ ਆ ਉਹਨਾਂ ਦੇ ਫੜੇ ਜਾਣ ਨਾਲ ਜੇ ਕਾਰਵਾਈ ਸ਼ੁਰੂ ਹੋਈ ਤਾਂ ਪਤਾ ਨਹੀਂ ਇਹ ਵੀ ਨਿਕਲਾ ਵੀ ਕਿ ਫਲਾਣੇ ਫਲਾਣੇ ਦੇ ਬੈਂਕ ਅਕਾਊਂਟ 'ਚ ਪੈਸੇ ਜਮ੍ਹਾਂ ਹੋਏ ਸੀ, ਫਲਾਣੇ ਥਾਂ ਤੋਂ ਹੋਏ ਸੀ, ਇਹ ਅਜੇ ਪਤਾ ਨਹੀਂ ਗੱਲ ਕਿੱਥੋਂ ਤੱਕ ਜਾਵੇਗੀ। ਸਹੀ ਗੱਲ ਹੈ ਜੀ। ਸੋ ਤੁਸੀਂ ਦੇਖ ਲਿਆ ਜੀ ਕਿ ਜਿਹਨਾਂ ਨੂੰ ਆਪਾਂ ਸੁਧਾਰ ਘਰ ਕਹਿੰਦੇ ਹਾਂ ਉਹਨਾਂ ਦੇ ਵਿੱਚ ਆਪ ਕਈ ਕੁਛ ਸੁਧਾਰਨ ਵਾਲਾ ਜੀ ਅਤੇ ਸੁਧਰਨ ਵਾਲਾ, ਕਦੋਂ ਸੁਧਰੇਗਾ ਇਹ ਤਾਂ ਸਮਾਂ ਨੇ ਦੱਸਣਾ। ਫਿਲਹਾਲ ਵੇਲੇ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਮੈਂ ਸਾਹਿਬ ਅਗਲੀ ਗੱਲ ਮੈਂ ਕਰਾਂ ਤਾਂ ਗੁਜਰਾਤ ਦੇ ਵਿੱਚ ਕਹਿੰਦੇ ਕਿ ਬਹੁਤ ਵੱਡਾ ਚਮਤਕਾਰ ਹੋ ਗਿਆ ਜੀ, ਕੋਈ ਕਹਿੰਦੇ ਬੰਦਾ ਹੈ ਤਾਂ ਸਰਕਾਰੀ ਅਫਸਰ ਅਤੇ ਉਹਨੇ ਹੁਣ ਲਿਖ ਕੇ ਦੇ ਦਿੱਤਾ, ਕਹਿੰਦੇ ਮੈਂ ਤਾਂ ਜੀ ਕਲਕੀ ਅਵਤਾਰ ਹਾਂ ਅਤੇ ਮੈਂ ਦੇਸ਼ ਬਚਾਉਣ ਦੇ ਲਈ ਪਾਠ ਪੂਜਾ ਕਰਨਾ, ਹਾਜ਼ਰੀ ਹੋਜਰੀ ਤੁਸੀਂ ਮੇਰੀ ਲਾਈ ਜਾਓ, ਮੈਂ ਨਹੀਂ ਜੀ ਦਫ਼ਤਰ ਆਉਣਾ। ਉਹ ਕੀ ਚੱਕਰ ਬਣ ਗਿਆ ਜੀ? ਦੇਖੋ ਪਿਛਲੇ 30 ਸਾਲਾਂ ਤੋਂ ਉੱਥੇ ਸੰਤਾਂ ਸਾਧਵੀਆਂ ਨੂੰ ਪੂਜਣ ਵਾਲੀ ਸਰਕਾਰ ਚੱਲ ਰਹੀ ਹੈ ਜੀ, ਇੰਨੀ ਕੁ ਸਿਆਸੀ ਅਤੇ ਸਰਕਾਰੀ ਤਪੱਸਿਆ ਤੋਂ ਬਾਅਦ ਸਿਰਫ ਸਾਧ ਹੀ ਪੈਦਾ ਹੋਈ ਜਾਣੇ, ਸਾਧਾਂ ਦਾ ਭਗਵਾਨ ਨਹੀਂ ਪੈਦਾ ਹੋ ਸਕਦਾ, ਗੁਜਰਾਤ ਹੈ ਜੀ, ਹੁਣ ਉੱਥੇ ਸਾਕਸ਼ਾਤ ਭਗਵਾਨ ਪੈਦਾ ਹੋ ਗਿਆ। ਅੱਛਾ ਜੀ। ਉਹ ਇੰਜੀਨੀਅਰ ਹੈ, ਨਰਮਦਾ ਪ੍ਰਾਜੈਕਟ ਦਾ ਇੰਜੀਨੀਅਰ। ਅੱਛਾ ਜੀ। ਪਿਛਲੇ ਕਈ ਮਹੀਨਿਆਂ ਤੋਂ ਡਿਊਟੀ 'ਤੇ ਨਹੀਂ ਗਿਆ, ਉਹਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਅਤੇ ਉਹਨੇ ਕਿਹਾ ਤੁਹਾਨੂੰ ਪਤਾ ਪਿਛਲਿਆਂ ਸਾਲਾਂ 'ਚ ਇੱਥੇ ਬਾਰਿਸ਼ ਨਹੀਂ ਸੀ ਹੁੰਦੀ ਜੀ। ਮੈਂ ਇੱਕ ਦਿਨ ਆਪਣੇ ਦਫ਼ਤਰ 'ਚ ਬੈਠਾ ਸੀ ਇੰਜੀਨੀਅਰ ਦੇ ਤੌਰ 'ਤੇ, ਬੈਠਿਆਂ ਬੈਠਿਆਂ ਮੈਨੂੰ ਇੱਕਦਮ ਮਹਿਸੂਸ ਹੋਇਆ ਕਿ ਮੈਂ ਗਲਤ ਥਾਂ 'ਤੇ ਬੈਠਾ, ਮੇਰੇ ਅੰਦਰ ਤਾਂ ਕੁਝ ਸ਼ਕਤੀਆਂ ਨੇ। ਅੱਛਾ ਜੀ। ਉਹਨਾਂ ਨੂੰ ਖੋਲ੍ਹਣ ਦੀ ਲੋੜ ਹੈ ਅਤੇ ਜੇ ਮੈਂ ਖੋਲ੍ਹਾਂ ਤਾਂ ਗੁਜਰਾਤ ਦਾ, ਭਾਰਤ ਦਾ, ਸਾਰੇ ਦੇਸ਼ ਦਾ, ਦੁਨੀਆ ਦਾ ਭਲਾ ਹੋ ਸਕਦਾ। ਫਿਰ ਮੈਂ ਘਰ ਆਇਆ, ਆ ਕੇ ਮੈਂ ਤਪੱਸਿਆ ਕੀਤੀ, ਉਹਦਾ ਸਿੱਟਾ ਇਹ ਨਿਕਲਿਆ ਕਿ ਇਸ ਵਾਰੀ ਇੰਨੀ ਬਾਰਿਸ਼ ਹੋਈ ਹੈ ਜਿੰਨੀ ਅੱਗੇ ਕਈ ਸਾਲਾਂ ਤੋਂ ਨਹੀਂ ਸੀ ਹੋਈ। ਅੱਛਾ ਜੀ। ਉਹ ਕਹਿੰਦਾ ਤੁਸੀਂ ਮੈਨੂੰ ਕਾਰਨ ਦੱਸੋ, ਨੋਟਿਸ ਭੇਜ ਦਿਆਂ, ਤੁਸੀਂ ਚਾਹੁੰਦੇ ਹੋ ਕਿ ਮੈਂ ਡਿਊਟੀ 'ਤੇ ਆ ਕੇ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਸੋਚਾਂ ਅਤੇ ਤੁਹਾਡੇ ਮਹਿਕਮੇ ਬਾਰੇ ਸੋਚਾਂ? ਇੱਥੇ ਬੈਠਾ ਮੈਂ ਤਪੱਸਿਆ 'ਚ ਲੀਨ ਹਾਂ, ਮੈਂ ਸਾਰੀ ਦੁਨੀਆ ਦੇ ਭਲੇ ਬਾਰੇ ਸੋਚ ਰਿਹਾ। ਅਸੀਂ ਇਹ ਤਾਂ ਸੁਣਿਆ ਸੀ ਕਿ ਧਰਤੀ ਕੋਈ ਧੌਲਾ ਬਲਦ ਆ ਜਿਹਦੇ ਸਿੰਘਾਂ 'ਤੇ ਟਿਕੀ ਆ ਜੀ, ਉਹ ਕਦੇ ਕਦੇ ਥੱਕ ਜਾਂਦਾ, ਜਦੋਂ ਸਿੰਘ ਬਦਲਦਾ ਉਦੋਂ ਧਰਤੀ ਹਿਲਦੀ ਭਚਾਲ ਆ ਜਾਂਦਾ, ਇੱਦਾਂ ਦੇ ਟੋਟਕੇ 'ਤੇ ਸੁਣੇ ਸੀ। ਆਹ ਕਿਹੋ ਜਿਹਾ ਨਵਾਂ ਵੇਖ ਲਿਆ ਜਿਹੜਾ ਕਹਿੰਦਾ ਸਾਰੀ ਧਰਤੀ ਮੇਰੇ ਸਿੰਘਾਂ ਦੇ ਉੱਤੇ ਅਟਕੀ ਆ।
ਉਹ ਕਹਿੰਦਾ ਸਾਰੀ ਦੁਨੀਆ ਦੇ ਭਲੇ ਵਾਸਤੇ ਮੈਂ ਤਪੱਸਿਆ ਕਰਦਾ ਪਿਆ, ਤੁਸੀਂ ਮੈਨੂੰ ਕਾਰਨ ਦੱਸੋ ਨੋਟਿਸ ਦੇ ਰਹੇ ਜੀ, ਮੈਂ ਤਾਂ ਭਗਵਾਨ ਹਾਂ। ਉੱਦਾਂ ਉਹ ਨਵਾਂ ਨਹੀਂ। ਅੱਛਾ ਜੀ। ਉਹਦੇ ਤੋਂ ਪਹਿਲਾਂ ਵੀ ਅਸੀਂ ਬੜੇ ਭਗਵਾਨ ਵੇਖੇ ਨੇ। ਇੱਦਾਂ ਹਰ 5-7 ਸਾਲੀ ਕੋਈ ਨਾ ਕੋਈ ਭਗਵਾਨ ਪੈਦਾ ਹੁੰਦਾ ਹੁੰਦਾ ਜੀ, ਅਤੇ ਫਿਰ ਇਹੋ ਜਿਹੇ ਬਹੁਤੇ ਭਗਵਾਨਾਂ ਦਾ ਆਖਰੀ ਟਿਕਾਣਾ ਜੇਲ੍ਹ ਹੁੰਦੀ ਆ। ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲਾ ਜੀ, ਇਹਦੇ ਉੱਤੇ ਕੀ ਦੋਸ਼ ਲੱਗਦੇ ਨੇ? ਪੰਜਾਬ ਦੇ ਜੰਗਲਾਂ ਨੂੰ ਸੰਭਾਲਣ ਵਾਸਤੇ ਜੰਗਲਾਤ ਮਹਿਕਮੇ ਦਾ ਇਹ ਬੇਲਦਾਰ ਸੀ। ਫਿਰ ਇਹਨੇ ਆਖਿਆ ਕਿ ਮੇਰੇ 'ਚ ਸ਼ਕਤੀਆਂ ਨੇ ਜੀ, ਡੇਰਾ ਬਣਾ ਕੇ ਬਹਿ ਗਿਆ, ਡਿਊਟੀ 'ਤੇ ਜਾਣਾ ਬੰਦ ਕਰਤਾ। ਜ਼ਿਲ੍ਹੇ ਦੇ ਅਫਸਰ ਮਹੀਨੇ ਪਿੱਛੋਂ ਆਉਂਦੇ ਸੀ, ਆ ਕੇ ਇਹਦੇ ਚਰਨੀ ਹੱਥ ਲਾ ਕੇ ਸਾਹਮਣੇ ਬੈਠ ਜਾਂਦੇ ਸੀ, ਬੈਠ ਕੇ ਕਥਾ ਸੁਣਦੇ ਰਹਿੰਦੇ ਸੀ, ਫਿਰ ਹੌਲੀ ਹੌਲੀ ਤਨਖਾਹ ਵਾਲਾ ਲਿਫਾਫਾ ਇਹਦੇ ਚਰਨਾਂ 'ਚ ਰੱਖਦੇ ਸੀ, ਫਿਰ ਬੈਠ ਜਾਂਦੇ ਸੀ 10-15 ਮਿੰਟ ਬੈਠ ਕੇ, ਹੌਲੀ ਹੌਲੀ ਕਹਿੰਦੇ ਸੀ ਮਹਾਰਾਜ ਜੀ ਥੋੜ੍ਹੇ ਜਿਹੇ ਇੱਕ ਦਸਖਤ ਜੇ ਕਰ ਦਿਓ, ਅਤੇ ਕਰਵਾ ਕੇ ਲੈ ਜਾਂਦੇ ਸੀ। ਬਿਨਾਂ ਡਿਊਟੀ ਕੀਤਿਆਂ ਉਹ ਡਿਊਟੀ 'ਤੇ ਗਿਣਿਆ ਜਾਂਦਾ ਸੀ ਜੀ। ਔਰ ਜਿਹੜੇ ਜੰਗਲਾਤ ਦੇ ਕਈ ਇਹੋ ਜਿਹੇ ਹੈਗੇ ਸੀਗੇ ਕਰਮਚਾਰੀ ਜਿਹੜੇ ਕਹਿੰਦੇ ਸੀ ਸਾਨੂੰ ਜੰਗਲ 'ਚ ਫਿਰਦਿਆਂ ਬਾਬਾ ਜੀ ਦੇ ਦਰਸ਼ਨ ਹੁੰਦੇ ਆ, ਫਿਰ ਬਾਬਾ ਜੀ ਜੇਲ੍ਹ ਚਲੇ ਗਏ ਜੀ। ਸਿਰਸੇ ਦੇ ਵਿੱਚ ਇੱਕ ਉੱਠਿਆ ਸੀ ਕਹਿੰਦਾ ਜੀ ਮਸੰਜਰ ਆਫ ਗਾਡ, ਉਹਨੇ ਸਟੰਟ ਅੱਜ ਤੱਕ ਅਕਸ਼ੇ ਕੁਮਾਰ ਨੇ ਨਹੀਂ ਕੀਤੇ ਜਿੰਨੇ ਫਿਲਮ ਦੇ ਵਿੱਚ ਇਸ ਸਾਧ ਨੇ ਕੀਤੇ ਸੀ। ਮਸੰਜਰ ਆਫ ਗਾਡ, ਮੈਂ ਤਾਂ ਪਰਮਾਤਮਾ ਦਾ ਦੂਤ ਹਾਂ ਜੀ, ਕਿਉਂਕਿ ਪਰਮਾਤਮਾ ਦਾ ਦੂਤ ਹੈ, ਇਸ ਕਰਕੇ ਊਤ ਪੂਤ ਜਿੰਨੇ ਕੰਮ ਹੈ ਉਹ ਵੀ ਕਰਨ ਦਾ ਮੈਨੂੰ ਹੱਕ ਹੈ। ਪੁੱਠੇ ਕੰਮ ਕਰਦਾ ਕਰਦਾ ਅੱਜ ਜੇਲ੍ਹ 'ਚ ਜੀ। ਉਹ ਜੇਲ੍ਹ 'ਚ ਜਾ ਕੇ ਵੀ 2 ਕੇਸਾਂ 'ਚ ਜੇ ਜੇਲ੍ਹ ਗਿਆ, ਦੋਵਾਂ ਦੇ ਵਿੱਚ 20-20 ਸਾਲ ਕੈਦ ਹੋਈ ਆ, ਅਤੇ ਉਹ ਵੀ ਇਕੱਠੀ ਨਹੀਂ ਚੱਲਣੀ, 20 ਅਤੇ 20 ਰਲਾ ਕੇ 40 ਸਾਲ ਕੈਦ ਰਹਿਣੀ ਜੀ, ਉਦੋਂ ਤੱਕ ਉਹ ਬਾਹਰ ਨਿਕਲਣ ਜੋਗਾ ਵੈਸੇ ਨਹੀਂ ਰਹਿਣਾ। ਅਜੇ 4-5 ਕੇਸ ਹੋਰ ਚੱਲਦੇ ਪਏ, ਉਹਨਾਂ ਦੇ ਵਿੱਚ ਪਤਾ ਨਹੀਂ ਕੀ ਬਣਨਾ ਜੀ। ਉਹਦੇ ਮਗਰੋਂ ਆਸਾ ਰਾਮ ਚਲਾ ਗਿਆ। ਆਸਾ ਰਾਮ ਵੀ ਆਪਣੇ ਚੇਲੇ ਚੇਲੀਆਂ ਨੂੰ ਇਹ ਕਹਿੰਦਾ ਹੁੰਦਾ ਸੀ ਕਿ ਜਦੋਂ ਮੈਂ ਲੋਕਾਂ ਦੇ ਸਾਹਮਣੇ ਜਾਂਦਾ ਉਦੋਂ ਮੈਂ ਨਹੀਂ ਹੁੰਦਾ, ਮੇਰੇ ਅੰਦਰ ਭਗਵਾਨ ਹੁੰਦਾ ਜੀ, ਅਤੇ ਭਗਵਾਨ ਜੋ ਵੀ ਕਰਦੇ ਸਭ ਮੰਨਣਾ ਚਾਹੀਦਾ, ਉਹ 'ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਭਗਵਾਨ ਆਸੂਮਲ ਉਰਫ ਆਸਾ ਰਾਮ ਜੇਲ੍ਹ 'ਚ ਜੀ। ਇੱਦਾਂ ਦੇ ਸਾਡੀ ਧਰਤੀ ਬੜੀ ਉਪਜਾਊ ਆ। ਇੱਕ ਅਪਰਾਧੇ ਮਾਂ ਜੀ, ਉਹਨੇ ਨਵੀਂ ਕਿਸਮ ਦੀ ਇੱਕ ਪਰੰਪਰਾ ਚਲਾ ਲਈ ਆ ਕਿ ਉਹ ਈਸ਼ਵਰ ਦਾ ਨਾਂ ਨਹੀਂ ਜਪਦੀ, ਉਹ ਭਗਤਾਂ ਨੂੰ ਕਹਿੰਦੀ ਆਈ ਲਵ ਯੂ ਜੀ, ਅਤੇ ਆਸ਼ੀਰਵਾਦ ਦੇਣ ਦਾ ਤਰੀਕਾ ਇਹ ਆ ਕਿ ਜਿਹਨੇ ਆਸ਼ੀਰਵਾਦ ਲੈਣਾ ਮੈਨੂੰ ਗੋਦੀ 'ਚ ਬਿਠਾਵੇ ਜੀ। ਉਹ ਵੀ ਇੱਥੇ ਇਹ ਹਿੰਦੁਸਤਾਨ ਬੜਾ ਹੀ ਅਜੀਬ ਹੈ, ਇਹਦੇ ਵਿੱਚ ਉਹ ਵੀ ਨੇ ਜੀ ਜਿਨ੍ਹਾਂ ਦੇ ਲੰਬੇ ਲੰਬੇ ਚੋਲੇ ਆ, ਉੱਪਰੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕ ਕੇ ਰੱਖਦੇ ਨੇ, ਹੱਥ ਵੀ ਨੰਗਾ ਨਹੀਂ ਰੱਖਦੇ, ਸਿਰਫ ਅੱਖਾਂ ਅਤੇ ਥੋੜ੍ਹੇ ਜਿਹੇ ਬੁੱਲ ਦਿਸਦੇ ਨੇ। ਉਹ ਵੀ ਨੇ ਜਿਹੜੇ ਅਲਫ ਨੰਗੇ ਤੁਰੇ ਫਿਰਦੇ ਆ ਜੀ, ਕੋਈ ਕੱਪੜਾ ਹੀ ਨਹੀਂ ਪਾਉਂਦੇ, ਉਹ ਵੀ ਸਾਧ ਨੇ, ਉਹ ਵੀ ਸਾਧ ਨੇ, ਉਹ ਵੀ ਸਾਧ ਨੇ ਜਿਹੜੇ ਆਪਣੇ ਉੱਤੇ ਸਵਾਹ ਮਲ ਕੇ ਤੁਰਦੇ ਆ, ਉਹ ਵੀ ਸਾਧ ਨੇ ਜਿਹੜੇ ਇੰਨੀਆਂ ਮੁੰਦਰੀਆਂ ਇੰਨੇ ਕੈਂਠੇ ਪਾ ਕੇ ਤੁਰਦੇ ਆ, ਉਹਨਾਂ ਨੂੰ ਗੋਲਡੀ ਬਾਬਾ ਲੋਕੀ ਆਖੀ ਜਾਂਦੇ ਆ ਜੀ। ਉਹ ਵੀ ਸਾਧ ਨੇ ਜਿਹੜੇ ਆਪਣੇ ਕੁੜਤੇ ਨੂੰ ਜੇਬ ਨਹੀਂ ਰੱਖਦੇ, ਸਾਰੀ ਉਮਰ ਜੁੱਤੀ ਨਹੀਂ ਪਾਉਂਦੇ, ਨੰਗੇ ਪਰ ਨਹੀਂ ਚੱਲਦੇ ਆ। ਇਸੇ ਹਿੰਦੁਸਤਾਨ ਦੇ ਵਿੱਚ ਉਹ ਵੀ ਸਾਧ ਨੇ ਜਿਨ੍ਹਾਂ ਦੇ ਕੋਲ ਗੱਡੀਆਂ ਇੰਨੀਆਂ ਇੰਨੀਆਂ ਕਿ ਉਹਨਾਂ ਨੇ 2 ਕਿਲੋਮੀਟਰ 'ਤੇ ਵੀ ਜਾਣਾ ਹੋਵੇ ਅਤੇ ਹੈਲੀਕਾਪਟਰ 'ਤੇ ਜਾਂਦੇ ਆ, ਉਹਨਾਂ ਨੂੰ ਪਾਇਲਟ ਬਾਬਾ ਕਿਹਾ ਜਾਂਦਾ। ਇਹ ਹਿੰਦੁਸਤਾਨ ਇੰਨਾ ਨਿਰਾਲਾ ਜੀ, ਜਿੱਦਾਂ ਕੁਦਰਤੀ ਤੌਰ 'ਤੇ ਇਹਦੇ ਵਿੱਚ ਵਣਗੀਆਂ ਬਹੁਤ ਹੈ ਨਾ, ਕਿ ਇੱਕ ਸਿਰੇ ਦੇ ਉੱਤੇ ਦੁਨੀਆ ਦਾ ਸਭ ਤੋਂ ਉੱਚਾ ਪਹਾੜ ਹੈ ਜੀ, ਦੂਜੇ ਸਿਰੇ 'ਤੇ ਦੁਨੀਆ ਦਾ ਸਭ ਤੋਂ ਡੂੰਘਾ ਸਮੁੰਦਰ ਹੈ, ਇੱਕ ਪਾਸੇ ਜੰਗਲ ਨੇ ਵਧੀਆ ਉਪਜਾਊ ਧਰਤੀ ਆ, ਦੂਜੇ ਪਾਸੇ ਰੇਤ ਹੈ ਜੀ। ਇਹ ਇਹ ਮਾਰੂਥਲ ਹੈ ਬਹੁਤ ਵੱਡਾ ਰਾਜਸਥਾਨ ਦਾ, ਇਹ ਉਸ ਇੱਕ ਪਾਸੇ ਉਹ ਲੋਕ ਨੇ ਜਿਹੜੇ ਖੋਜ ਕਰਦੇ ਪਏ ਆ ਕਿ ਆਪਾਂ ਚੰਦ ਤਾਰਿਆਂ 'ਤੇ ਕਿੱਦਾਂ ਜਾਣਾ ਜੀ, ਸ਼ੁਕਰ ਤਾਰੇ ਦੇ ਉੱਤੇ ਕਦੋਂ ਉਤਰਨਾ, ਮੰਗਲ 'ਤੇ ਕਦੋਂ ਉਤਰਨਾ, ਅਤੇ ਇੱਕ ਪਾਸੇ ਉਹ ਨੇ ਜਿਹੜੇ ਅੰਡੇਮਾਨ ਅਤੇ ਹੋਰ ਥਾਵਾਂ 'ਤੇ ਜੰਗਲਾਂ 'ਚ ਫਿਰਦੇ ਆ, ਛੱਤੀਸਗੜ੍ਹ 'ਚ ਵੀ ਫਿਰਦੇ ਆ, ਅਜੇ ਤੱਕ ਕੱਪੜਾ ਨਹੀਂ ਪਾਉਂਦੇ, ਉੱਦਾਂ ਹੀ ਰਹਿੰਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਕੱਪੜਾ ਕੀ ਹੁੰਦਾ, ਜੰਗਲੀ ਲੋਕ ਨੇ ਉਹ ਵੀ ਹੈਗੇ ਆ, ਟ੍ਰਾਈਬਲ ਨੇ, ਉਹਨਾਂ ਦੀ ਹੋਂਦ ਖਤਮ ਹੋਈ ਜਾਂਦੀ ਆ। ਜਿੱਦਾਂ ਉਹ ਵਰਾਇਟੀ ਕੁਦਰਤੀ ਤੌਰ 'ਤੇ ਇੱਥੇ ਜੀ, ਉਸੇ ਤਰ੍ਹਾਂ ਦੀ ਵਰਾਇਟੀ ਇਹਨਾਂ ਸਾਧਾਂ 'ਚ ਵੀ ਆ,
ਹੁਣ ਕਲਕੀ ਅਵਤਾਰ ਕਦੇ ਕਹਿੰਦੇ ਸੀ ਇੱਕ ਕਲਯੁੱਗ ਦਾ ਅਵਤਾਰ ਹੋਣਾ, ਕਲਕੀ ਅਵਤਾਰ ਉਹ ਗੁਜਰਾਤ ਵਿੱਚ ਪ੍ਰਗਟ ਹੋ ਗਿਆ, ਸ਼ੁਕਰਿਆ ਉੱਥੇ ਪ੍ਰਗਟ ਹੋ ਗਿਆ ਜੀ। ਉਹ ਮਹਿਕਮਾ ਹੁਣ ਛਸ਼ੋ ਪੰਚ ਹੈ, ਕਿਹਦਾ ਕਰੀਏ ਅਤੇ ਕੀ ਕਰੀਏ। ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਾਂ ਜੀ, 10-12 ਸਾਲ ਪਹਿਲਾਂ ਯੂਪੀ ਵਿੱਚ ਪੁਲਿਸ ਦਾ ਇੱਕ DGP ਰੈਂਕ ਦਾ ਅਫਸਰ ਜੀ, ਉਹ ਅਚਾਨਕ ਇੱਕ ਦਿਨ ਸਵੇਰੇ ਉੱਠਿਆ, ਸਾੜੀ ਲਾਈ, ਸਿਰ 'ਤੇ ਸੰਧੂਰ ਪਾਇਆ, ਮੱਥੇ 'ਤੇ ਬਿੰਦੀ ਲਾਈ, ਚੂੜੀਆਂ ਪਾਈਆਂ, ਅਤੇ ਸਾੜੀ ਦੇ ਉੱਪਰ ਦੀ ਮੋਢੇ ਦੇ ਉੱਤੇ ਪੁਲਿਸ ਵਾਲੇ ਰੈਂਕ ਲਾ ਕੇ ਅਤੇ ਹੈੱਡਕੁਆਟਰ ਆ ਗਿਆ। ਸਾਰੇ ਵੇਖਣ ਇਹ ਕੀ ਆ, ਉਹ ਕਹਿੰਦਾ ਕੱਲ੍ਹ ਦੀ ਮੇਰੇ 'ਚ ਰਾਧਾ ਆ ਗਈ ਆ, ਮੈਂ ਤਾਂ ਕ੍ਰਿਸ਼ਨ ਨੂੰ ਪੂਜਦਾ ਜੀ, ਔਰ ਪੁਲਿਸ ਹੈੱਡਕੁਆਟਰ ਦੇ ਵਿੱਚ ਪਿੱਪਲ ਦੇ ਰੁੱਖ ਨੂੰ ਜੱਫੀਆਂ ਪਾ ਪਾ ਕੇ ਉਹਦੀ ਪੂਜਾ ਕਰੀ ਜਾਵੇ, ਬਾਕੀ ਪੁਲਿਸ ਵਾਲਿਆਂ ਨੂੰ ਆਖੇ ਜੀ ਮੇਰੇ ਨਾਲ ਲਾ ਕੇ ਪੂਜਾ ਕਰੋ। ਹਿੰਦੁਸਤਾਨ ਬਹੁਤ ਹੀ ਰੰਗੀਲਾ ਜੀ, ਉਸ ਰੰਗੀਲੇ ਦੇ ਵਿੱਚ ਇੱਕ ਵਨਗੀ ਨਵੀਂ ਪੈਦਾ ਹੋ ਗਈ। ਸੋ ਇਸ ਉਪਜਾਊ ਧਰਤੀ 'ਤੇ ਜਿੱਦਾਂ ਤੁਹਾਨੂੰ ਸਾਰਿਆਂ ਦੱਸਿਆ ਕਿ ਵੀ ਬਾਬੇ ਉਪਜਦੇ ਨੇ, ਸੋ ਇੱਕ ਬਾਬਾ ਹੋਰ ਉਪਜਾਇਆ ਜੀ, ਆਪਾਂ ਕੁਛ ਨਹੀਂ ਕਰ ਸਕਦੇ, ਵੇਲਾ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ। ਤੁਹਾਨੂੰ ਸਾਹਿਬ ਅਗਲੀ ਗੱਲ ਜਿਹੜੀ ਮੈਂ ਪੁੱਛਣੀ ਚਾਹੁੰਦਾ ਉਹ ਇਹ ਹੈ ਕਿ ਵੀ ਸਰਕਾਰਾਂ ਬੜੀਆਂ ਖੁਸ਼ ਨੇ, ਕਹਿੰਦੇ ਕਿ ਕਣਕ ਦੀ ਬਹੁਤ ਵਧੀਆ ਕਹਿ ਲਓ ਕਿ ਪੈਦਾਵਾਰ ਹੋਈ ਹੈ, ਝੋਨੇ ਦੀ ਵੀ ਹੋਈ ਹੈ, ਸਬਜ਼ੀਆਂ ਦੀ ਹੋਈ ਹੈ, ਸਰਕਾਰਾਂ ਦੇ ਖੁਸ਼ ਨੇ, ਪਰ ਕਿਸਾਨ ਜਿਹੜਾ ਉਹ ਬੜਾ ਮਾਯੂਸ ਹੈ। ਇਸ ਸਾਰੇ ਕੁਛ ਨੂੰ ਤੁਸੀਂ ਕਿੱਦਾਂ ਦੇਖਦੇ ਹੋ, ਇੱਕ ਪਾਸੇ ਟਮਾਟਰ ਮਾਲਾਂ 'ਚ ਕਿਆ ਰੇਟ ਆ ਅਤੇ ਦੂਜੇ ਪਾਸੇ ਸੜਕਾਂ 'ਤੇ ਗਾਵਾਂ ਖਾਣ ਡੀਆਂ? ਗੁਰਪ੍ਰੀਤ ਜੀ, ਅਸੀਂ ਛੋਟੇ ਹੁੰਦਿਆਂ ਉਹ ਦਿਨ ਵੇਖੇ ਜਦੋਂ 13ਵੇਂ ਮਹੀਨੇ 'ਚ ਘਰਾਂ 'ਚ ਖਾਣ ਨੂੰ ਆਟਾ ਨਹੀਂ ਸੀ ਹੁੰਦਾ ਜੀ, ਲੋਕ ਸਰਕਾਰ ਵੱਲ ਝਾਕਦੇ ਹੁੰਦੇ ਸੀ ਕਿ ਬੀਜ ਵਾਸਤੇ ਦਾਣੇ ਸਰਕਾਰ ਦੇਵੇਗੀ ਅਤੇ ਇੱਕ ਮਹੀਨਾ ਖਾਣ ਯੋਗੇ ਦੇਵੇਗੀ। ਅੱਛਾ ਜੀ, ਹੁਣ ਉਹ ਗੱਲ ਨਹੀਂ, ਹੁਣ ਅਸੀਂ ਇਸ ਸਥਿਤੀ 'ਚ ਪਹੁੰਚ ਗਏ ਹਾਂ ਕਿ ਸਾਡੇ ਗੋਦਾਮਾਂ ਵਿੱਚ ਵੀ ਅਨਾਜ ਪਿਆ ਸੜਦਾ ਜੀ, ਰੇਲਵੇ ਸਟੇਸ਼ਨਾਂ 'ਤੇ ਵੀ ਸੜਦਾ। ਸਾਡੀ ਸੁਪਰੀਮ ਕੋਰਟ ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਬਕਾਇਦਾ ਹੁਕਮ ਕੀਤਾ ਕਿ ਇਹ ਜਿਹੜਾ ਅਨਾਜ ਸੜਦਾ ਪਿਆ। ਦੂਜੇ ਪਾਸੇ ਰਾਜਸਥਾਨ ਤੋਂ, ਛੱਤੀਸਗੜ੍ਹ ਅਤੇ ਝਾਰਖੰਡ ਤੋਂ ਖਬਰਾਂ ਆਉਂਦੀਆਂ ਕਿ ਖਾਣ ਨੂੰ ਰੋਟੀ ਨਹੀਂ ਮਿਲਦੀ, ਲੋਕ ਘਾਹ ਦੀਆਂ ਤਿੜਾਂ ਜਿਹੜੀਆਂ ਨੇ ਉਹਨਾਂ ਨੂੰ ਪਕਾ ਕੇ ਅਤੇ ਖਾਂਦੇ ਆ ਅਤੇ ਬਿਮਾਰ ਹੋ ਕੇ ਮਰ ਰਹੇ ਜੀ, ਇਹ ਅਨਾਜ ਉਹਨਾਂ ਨੂੰ ਵੰਡਦੇ। ਉਦੋਂ ਖੇਤੀ ਅਤੇ ਖੁਰਾਕ ਮੰਤਰੀ ਸ਼ਰਦ ਪਵਾਰ ਹੁੰਦਾ ਸੀ, ਉਹ ਅੜ ਗਿਆ ਕਿ ਇਹ ਕੰਮ ਨਹੀਂ ਕਰਨ ਦੇਣਾ। ਅੱਛਾ ਜੀ, ਇਹਦੇ ਨਾਲ ਮਾਰਕੀਟ ਦੇ ਵਿੱਚ ਅਨਾਜ ਦਾ ਭਾਅ ਡਿੱਗ ਪਏਗਾ, ਸਾਡੀ ਇਕਾਨਮੀ ਡਾਵਾਂ ਡੋਲ ਹੋ ਜਾਵੇਗੀ, ਅਤੇ ਨਹੀਂ ਸੀ ਕੀਤਾ ਗਿਆ। ਹੁਣ ਫਿਰ ਸਥਿਤੀ ਉਹ, ਜਦੋਂ ਇੱਥੇ ਭਾਰਤ ਵਿੱਚ ਅੱਜ ਕੱਲ੍ਹ ਕਿਸੇ ਥਾਂ 'ਤੇ ਅਨਾਜ ਦੀ ਥੁੜੋਂ ਹੁੰਦੀ ਆ ਜੀ, ਉਹ ਥੁੜੋਂ ਨਹੀਂ ਗੀ, ਥੁੜੋਂ ਪੈਦਾ ਕੀਤੀ ਜਾਂਦੀ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇੱਕ ਵਾਰੀ ਜਦੋਂ ਗੰਢੇ 140 ਰੁਪਏ ਕਿਲੋ ਨੂੰ ਪਹੁੰਚ ਗਏ ਪਿਆਜ, ਮਹਾਰਾਸ਼ਟਰ ਦੇ ਵਿੱਚ ਇੱਕ ਕਿਸਾਨ ਨੇ ਹਾਈਵੇ ਦੇ ਉੱਤੇ ਲਾ ਕੇ, ਨੈਸ਼ਨਲ ਹਾਈਵੇ 'ਤੇ ਟਰਾਲੀ ਲਾ ਦਿੱਤੀ ਅਤੇ ਬੋਰਡ ਲਾ ਦਿੱਤਾ ਕਿ ਮੇਰੇ ਕੋਲੋਂ 14 ਰੁਪਏ ਕਿਲੋ ਜਿਹਨੇ ਲੈਣੇ ਲੈ ਲਓ। ਲੋਕਾਂ ਪਹਿਲਾਂ ਸਮਝਿਆ ਮਜ਼ਾਕ ਹੈ, ਫਿਰ ਲੋਕ ਖਲੋ ਕੇ ਲੈਣ ਲੱਗ ਪਏ ਜੀ ਕਿ ਬਾਂਬੇ ਸ਼ਹਿਰ ਦੇ ਵਿੱਚ 50 ਰੁਪਏ ਕਿਲੋ ਵਿਕਦੇ ਪਏ, ਦਿੱਲੀ 'ਚ 150 ਰੁਪਏ ਕਿਲੋ ਵਿਕਦੇ ਪਏ, 14 ਰੁਪਏ ਕਿਲੋ ਦੇ ਰਿਹਾ। ਉਹਨੂੰ ਪੁੱਛਿਆ ਗਿਆ ਤੈਨੂੰ, ਕਹਿੰਦਾ ਜੀ ਸਾਡੇ ਕੋਲੋਂ ਪਿੰਡਾਂ 'ਚੋਂ ਕਿਸਾਨਾਂ ਤੋਂ ਵਪਾਰੀ 14 ਰੁਪਏ ਕਿਲੋ ਲੈਂਦੇ ਆ ਜੀ, ਇਹ ਬਾਕੀ ਸਾਰਾ ਪੈਸਾ ਤਾਂ ਉਹ ਕਮਾ ਰਿਹਾ, ਉਹਨਾਂ ਨੇ ਗੋਦਾਮਾਂ 'ਚ ਰੱਖੇ ਆ, ਅਤੇ ਸਾਨੂੰ ਤਾਂ ਕੁਛ ਨਹੀਂ ਮਿਲਦਾ, ਇਹ ਤਾਂ ਸਾਡਾ ਤਾਂ ਨਾ ਹੀ ਆ, ਤੁਸੀਂ ਲਓ 14 ਰੁਪਏ ਕਿਲੋ ਕਿੰਨੇ ਆ, ਮੈਂ ਆਪਣੇ ਪਿੰਡ ਦੇ ਸਾਰੇ ਦੇ ਤੁਹਾਨੂੰ ਵੰਡਣ ਜੀ। ਜਦੋਂ ਇਹ ਗੱਲ ਸਾਹਮਣੇ ਆਈ ਅਤੇ ਦੋ ਦਿਨਾਂ 'ਚ ਭਾਅ ਡਿੱਗ ਪਏ ਸੀ, ਦਿੱਲੀ ਤੱਕ, ਅੰਮ੍ਰਿਤਸਰ ਤੱਕ ਸਭ ਡਿੱਗ ਪਏ ਸੀ। ਇਹ ਸਥਿਤੀਆਂ ਮੁੜ ਮੁੜ ਪੈਦਾ ਹੁੰਦੀਆਂ ਜੀ। ਅਸੀਂ ਵੇਖਿਆ ਇੱਕ ਸਾਲ ਆਲੂ ਬਹੁਤ ਮਹਿੰਗੇ ਹੁੰਦੇ, ਅਗਲੇ ਸਾਲ ਬਹੁਤ ਸਸਤੇ ਹੁੰਦੇ ਕਿਉਂਕਿ ਫਸਲ ਵੱਧ ਜਾਂਦੀ ਹੈ ਜੀ। ਇਸ ਵਾਰੀ ਝਾੜ ਸਾਰੀਆਂ ਫਸਲਾਂ ਦਾ ਬਹੁਤ ਵਧੀਆ ਹੋਇਆ, ਮੋਦੀ ਸਰਕਾਰ ਖੁਸ਼ ਹੈ, ਇਹਨੂੰ ਵਿਦੇਸ਼ ਵਿੱਚ ਭੇਜ ਕੇ ਵੀ ਸਿੱਕਾ ਕਮਾ ਸਕਦੀ ਹੈ ਜੀ, ਪਰ ਕਿਸਾਨ ਨੂੰ ਕੁਛ ਨਹੀਂ ਮਿਲ ਰਿਹਾ। ਉਲਟਾ ਇਹ ਹੈ ਕਿ ਕਿਸਾਨ ਇਹ ਸੋਚਣ ਲੱਗ ਪਿਆ ਕਿ ਜੇ ਇੰਨਾ ਗੋਦਾਮਾਂ 'ਚ ਮਾਲ ਭਰਿਆ ਪਿਆ ਅਤੇ ਅਗਲੀ ਵਾਰੀ ਮੇਰੀ ਫਸਲ ਆਈ ਤਾਂ ਚੁੱਕਣੀ ਕਿਹਨੇ ਆ, ਉਹ ਤਾਂ ਮੰਡੀਆਂ 'ਚ ਪਏ ਰੋਜ਼। ਬਿਲਕੁਲ ਸਹੀ, ਕਿਸਾਨ ਦੇ ਚਿਹਰੇ ਤੋਂ ਜਿਹੜੀ ਮਾਯੂਸੀ ਆ ਉਹ ਬਦਹਾਲੀ ਦੂਰ ਨਹੀਂ ਹੋ ਰਹੀ, ਜਦ ਤੱਕ ਕਿਸਾਨ ਦੇ ਚਿਹਰੇ ਦੇ ਉੱਤੇ ਰੌਣਕ ਨਹੀਂ ਆਉਂਦੀ ਉਹਨਾਂ ਚਿਰ ਤੱਕ। ਇੱਕੋ ਪੰਜਾਬੀ 'ਚ ਮੁਹਾਵਰਾ ਕਹਿੰਦੇ ਹੁੰਦੇ ਆ, ਕੱਟੇ ਨੂੰ ਮਾਂ ਦੇ ਦੁੱਧ ਨਾਲ ਕਿਹੜਾ ਭਾਗ, ਉਹ ਤਾਂ ਦੁੱਧੀਆਂ ਚੋ ਕੇ ਸ਼ਹਿਰ ਲੈ ਜਾਣਾ। ਬਿਲਕੁਲ ਸਹੀ ਗੱਲ, ਕਿਸਾਨਾਂ ਦੀ ਵੀ ਹਾਲਤ ਇਹ ਆ ਕਿ ਉਹਨਾਂ ਨੂੰ ਵੱਧ ਝਾੜ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਅਤੇ ਪੰਨੂ ਸਾਹਿਬ, ਆਖਰੀ ਸਵਾਲ ਮੈਂ ਕਰਨਾ ਚਾਹੂੰਗਾ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹਾਫਿਜ਼ ਸਈਦ ਦੀ ਜਿਹੜੀ ਸਿਕਿਉਰਟੀ ਕਹਿੰਦੇ ਵਾਪਸ ਲਈ ਸੀ ਪਹਿਲਾਂ, ਹੁਣ ਉਹ ਬਹਾਲ ਕਰ ਦਿੱਤੀ ਹੈ, ਅਤੇ ਇਹਦੇ 'ਤੇ ਅਮਰੀਕਾ ਵਾਲਾ ਟਰੰਪ ਸਾਹਿਬ ਨਾਰਾਜ਼ ਨੇ, ਕੀ ਕਹੋਗੇ? ਦੇਖੋ, ਜਿਹੜਾ ਹਾਫਿਜ਼ ਸਈਦ ਆ ਉਹਦੇ ਬਾਰੇ ਜਦੋਂ ਸਾਫ਼ ਹੋ ਗਿਆ
कि वह अतवादी है जी। पाकिस्तान की सरकार पहला नहीं सी बनती, उन्हें एक पार्टी खड़ी की मिली मुस्लिम लीग, जिड़ी पार्टी तो नवाज शरीफ की पार्टी भी त्रबकी जी। इमरान खान जिहड़ा समझदा कि नवाज के लाते सार मैं प्रधानमंत्री बन जाना, वो पार्टी ने भी कांबा छिड़िया भी जे ये आ गया तो मेरी गल नहीं बननी। इन्ह सारिया ने रल के चोण कमीशन आख्या कि वो पार्टी रजिस्टर ना करो तो अतवादी है जी। वो अदालत चला गया, इन्होंने अदालत में भी आख्या और होम मिनिस्ट्री तो भी उत्थे लिखवा के देता कि अतवादी है। तो अदालत ने आख्या जे अतवादी है तो यहोजे लोगों की सिक्योरिटी वापस लो जी, वापस ले ली। हुण परसों की फिर पाकिस्तानी पंजाब की सरकार ने सिक्योरिटी लाती है जी, कहने जी मुख्यमंत्री शहबाज शरीफ कहिंदा कि इहदी सिक्योरिटी लाउण की बहुत जरूरत है, इहदी जान नूं खतरा। उहदे कोल तां जमात उद दावा जिहड़ी अतवादी जथेबंदी है उहदे कमांडोज दा एक पूरा स्क्वैड हर वक्त उहदे घर च रहिंदा जी, ते फिर उहनूं कहदा खतरा, सरकारी सिक्योरिटी दी की लोड़ है। असल गल इह है कि जिहड़ा हाफिज सईद आ बाहरले तौर पर अतवादियों की जथेबंदी जमात उद दावा का मुखी है, अंदरूनी पोजिशन यह है कि पाकिस्तान की फौज जिहड़ी असिधी लड़ाई लड़ती है फौजां चढ़न की थां ते अतवादियों के राही लड़ाई लड़ती बार्डर तो पार जाके जी, उस लड़ाई का सब तो वड्डा मोहरा वह आ। हुण जदों फौज ने जरा अखां विखाइया, खुफिया एजेंसी ने आख्या कि बंदा साडा तुसीं इहदी सिक्योरिटी हटा नहीं सकते जी, उहदे तो बाद पाकिस्तानी पंजाब की सरकार ने हाफिज सईद की सिक्योरिटी लाई नहीं, उन्होंने लाउणी पई है क्योंकि वो असली मालक जिहड़े पिछे बैठे ना वर्दियां वाले तो मोढ़े ते वड्डे वड्डे तारियां वाले जी, लो उन्होंने कहने ते लाई गई है। अमरीका वाले की चिंता ठीक है कि खुला तुरै फिरदा जिहदे सिर दे उत्ते उन्होंने एक करोड़ डॉलर का नाम रखिया, पर रखी फिर ना, जब तक पाकिस्तान के एस्टैबलिशमेंट पूरी की पूरी सरकार फौज उहदी राखी ते है उन्ना चिर तक अमरीका वाले उहदा शायद कुछ बिगाड़ नहीं सकणगे। हाँ, अद्धी रात को कभी एक्शन कर लेने जिवें ओसामा बिन लादन ते कीता सी, वह वक्री गल। बिल्कुल सही, हुण तुसीं समां कढ़िया ते इन्नियां वधिया गल्लां साडे नाल सांझियां कीतियां, तुहाडा बहुत बहुत धन्नवाद जी। इस दे नाल ही आपां प्रोग्राम नूं इत्थे समाप्त करदे हां जी। तुसीं अपनी फीडबैक साडे तक पहुँचाउंदे रहा करो, प्राइम एशिया टीवी नूं प्यार मुहब्बत करन लई बहुत धन्नवाद। फिलहाल दिओ गुरप्रीत संधा वालियां नूं इजाजत, देखते रहो प्राइम एशिया टीवी, तुहाडा अपना तुहाडे लई। प्राइम एशिया टीवी दिल दीआं गहराइयां चों आप सब वल्लों दित्ते प्यार लई धन्नवादी है कि थोड़े जे समें विच ही तुसीं सानूं घर घर दी पसंद बना दित्ता है। अजिहे च असीं पहलां नालों वी ज़्यादा मेहनत नाल होर नवें प्रोग्राम लैके आ रहे हाँ, पर तुहाडे साथ तों बिना असीं कुछ वी नहीं हाँ। सो यूट्यूब ते साडा चैनल सबसक्राइब करना ना भुलना ते बैल दा बटन जरूर दबाउणा तां जो नवें प्रोग्रामां दा नोटिफिकेशन तुहानूं मिल सके। इन्हां प्लेटफॉर्म्स ते वी तुसीं सानूं देख सकदे हो ते इस दे नाल ही इन्हां सारे प्लेटफॉर्म्स ते वी असीं अवेलेबल हाँ ते साडा फेसबुक पेज वी लाइक करना। प्राइम एशिया टीवी, तुहाडा अपना, तुहाडे लई।